ਅਮਨਕੁਮਾਰ ਮਲੋਟ, ਸੂਬਾ ਆਗੂ ਬੇਰੁਜ਼ਗਾਰ ਸਾਂਝਾ ਮੋਰਚਾ ਪੰਜਾਬ। ਜਿਵੇਂ ਕਿ ਆਪਣੀ ਜਿਹੜੀ ਮੁਹਿੰਮ ਮੰਗ ਪੱਤਰ ਦੇਣ ਦੀ ਸ਼ੁਰੂ ਕੀਤੀ ਹੋਈ ਸੀ, ਉਸ ਪ੍ਰੈਸ਼ਰ ਵਿੱਚ ਜਿਹੜੀ ਸਰਕਾਰ ਨੇ ਆਪਾਂ ਨੂੰ ਮੀਟਿੰਗ ਲਈ ਜਿਹੜਾ ਬੁਲਾਇਆ ਸੀ ਇੱਥੇ IAS ਅਫਸਰ ਜਿਹੜੇ ਐਜੂਕੇਸ਼ਨ ਸੈਕਟਰੀ ਕਮਲ ਕਿਸ਼ੋਰ ਯਾਦਵ ਜੀ ਨਾਲ ਅੱਜ ਆਪਣੀ ਮੀਟਿੰਗ ਹੋਈ ਹੈ। ਮੀਟਿੰਗ ਦੇ ਵਿੱਚ ਬੇਰੁਜ਼ਗਾਰ ਸਾਂਝੇ ਮੋਰਚੇ ਦੀਆਂ ਜਿਹੜੀਆਂ ਸਾਰੀਆਂ ਮੰਗਾਂ, ਉਹਨਾਂ ਸੰਬੰਧੀ ਜਿਹੜਾ ਹੈਗਾ ਕਾਫੀ ਲੰਮੇ ਜਿਹੜਾ ਵਿਚਾਰ ਵਟਾਂਦਰਾ ਹੋਇਆ, ਪਰ ਜਿਹੜੀ ਹੈਗੀ ਹੈ ਸਾਰੇ ਗੱਲਾਂ 'ਤੇ ਮੁੱਕਦੀ ਗੱਲ ਇਹ ਹੈ ਕਿ ਜਿਹੜੀ ਚੀਜ਼ ਆਪਾਂ ਸੋਚ ਰਹੇ ਸੀਗੇ, ਸਭ ਤੋਂ ਵੱਡੀ ਜਿਹੜੀ ਮੰਗ ਆਪਣੀ ਭਰਤੀ ਦੀ ਹੈ, ਭਰਤੀ ਜਿਹੜਾ ਹੈਗੇ ਉਸ ਦਾ ਕੋਈ ਵੀ ਜਿਹੜਾ ਹੈਗਾ ਰੂਪ ਰੇਖਾ ਸਿੱਖਿਆ ਵਿਭਾਗ ਵੱਲੋਂ ਤਿਆਰ ਨਹੀਂ ਕੀਤੀ ਗਈ। ਸਾਫ਼ ਸਾਫ਼ ਕਹਿਣਾ ਸੀਗਾ IAS ਅਫਸਰ ਦਾ ਜਿਹੜਾ ਆਪਣੇ ਸਿੱਖਿਆ ਸਕੱਤਰ ਹੈ ਕਿ ਹਜੇ ਤੱਕ ਤਾਂ ਜਿਹੜਾ ਹੈਗਾ ਸਾਡੀ ਜਿਹੜੀ SST ਦੀ ਹੈ, ਜਿਹੜੀ ਮਾਸਟਰ ਕੇਡਰ ਦੀ ਹੈ, ਉਹਦੀ ਸਨਿਓਰਟੀ ਤਿਆਰ ਹੋਈ ਹੈ। ਉਸ ਤੋਂ ਬਾਅਦ ਉਹਦੇ ਵਿੱਚੋਂ ਪ੍ਰਮੋਸ਼ਨਾਂ ਹੋਣੀਆਂ, ਫਿਰ ਉਸ ਤੋਂ ਬਾਅਦ ਕਿਤੇ ਜਾ ਕੇ ਅਸੀਂ ਦੇਖਾਂਗੇ ਕਿ ਕਿੰਨੀ ਭਰਤੀ ਸਾਡੇ ਕੋਲ ਮਾਸਟਰ ਕੇਡਰ ਦੇਣ ਦੇ ਲਈ ਪੋਸਟਾਂ ਖਾਲੀ ਹੈ, ਫਿਰ ਭਰਤੀ ਦਾ ਇਸ਼ਤਿਹਾਰ ਦਿੱਤਾ ਜਾਊਗਾ। ਉਹ ਜਿਹੜੀ 55% ਦੀ ਸ਼ਰਤ ਹੈ ਉਸ 'ਤੇ ਜਦ ਗੱਲ ਕੀਤੀ ਗਈ ਤਾਂ ਉਹਨਾਂ ਵੱਲੋਂ ਇੱਕੋ ਹੀ ਗੱਲ ਸੀ ਕਿ ਜਿੰਨਾ ਚਿਰ ਭਰਤੀ ਦਾ ਇਸ਼ਤਿਹਾਰ ਹਜੇ ਤੱਕ ਸਾਡੇ ਕੋਲ ਨਹੀਂ ਲੱਗਦਾ ਵੀ ਅਸੀਂ ਦੇਣ ਜਾ ਰਹੇ ਹਾਂ, ਉਹਨਾਂ ਚਿਰ ਉਹਦੇ ਵਿੱਚ ਕੀ ਸ਼ਰਤਾਂ ਹੋਣਗੀਆਂ ਅਤੇ ਕੀ ਉਹਨਾਂ ਦਾ ਹੱਲ ਕਰਨਾ, ਉਸ 'ਤੇ ਫਿਰ ਹੀ ਵਿਚਾਰ ਕੀਤਾ ਜਾਊਗਾ। ਉਵੇਂ ਹੀ ਉਮਰਵਾਦ ਦਾ ਜਿਹੜਾ ਆਪਣਾ ਮਸਲਾ ਸੀਗਾ, ਸੇਮ ਉਸ ਦਾ ਵੀ ਇਹੀ ਜਵਾਬ ਮਿਲਿਆ ਕਿ ਜਿਹੜਾ ਹੈਗਾ ਉਮਰ ਹੱਦ ਵਿੱਚ ਛੋਟ ਪਰਸੋਨਲ ਨੇ ਦੇਣੀ ਹੈ, ਅਤੇ ਸਾਡੇ ਵੱਲੋਂ ਉਦੋਂ ਹੀ ਇਹ ਮੰਗ ਕੀਤੀ ਜਾਊਗੀ ਜਦੋਂ ਜਿਹੜਾ ਭਰਤੀ ਦਾ ਇਸ਼ਤਿਹਾਰ ਅਸੀਂ ਜਿਹੜਾ ਤਿਆਰ ਕਰਾਂਗੇ। ਇਸ ਲਈ ਜਿਹੜਾ ਹੈਗਾ ਸਾਥੀਓ, ਕਿਸੇ ਵੀ ਮੰਗਾਂ ਦਾ ਜਿਹੜਾ ਆਪਣਾ ਹੱਲ ਤਾਂ ਹੀ ਹੋਊਗਾ ਜੇਕਰ ਭਰਤੀ ਆਊਗੀ। ਭਰਤੀ ਹਜੇ ਤੱਕ ਡਿਪਾਰਟਮੈਂਟ ਕੋਲ ਕਿਸੇ ਵੀ ਤਰ੍ਹਾਂ ਦੀ ਕੋਈ ਤਿਆਰੀ ਨਹੀਂ ਜਿਹੜਾ ਆਪਾਂ ਨੂੰ ਭਰਤੀ ਦਾ ਇਸ਼ਤਿਹਾਰ ਦਿੱਤਾ ਜਾ ਸਕੇ। ਇਸ ਲਈ ਜਿਹੜਾ ਹੈਗਾ ਸਾਥੀਓ, ਤੁਹਾਨੂੰ ਘਰਾਂ ਦੇ ਵਿੱਚੋਂ ਨਿਕਲਣਾ ਹੀ ਪੈਣਾ। ਜਿਹੜਾ ਥੋੜ੍ਹਾ ਸਮਾਂ ਹੁਣ ਰਹਿੰਦਾ ਮੰਗ ਪੱਤਰ ਦੀ ਮੁਹਿੰਮ ਹੈ, ਉਹਨੂੰ ਤੇਜ਼ ਕਰੋ, ਇਹਨਾਂ ਨੂੰ ਸਵਾਲ ਕਰੋ, ਜਿਹੜੇ ਇਹਨਾਂ ਦੇ MLA ਮੰਤਰੀ ਜਿਹੜੇ ਆਉਂਦੇ ਆ, ਚਾਹੇ ਇਹਨਾਂ ਦਾ ਕੋਈ ਕੈਂਡੀਡੇਟ ਆਉਂਦਾ, ਘੇਰੋ ਇਹਨਾਂ ਨੂੰ, ਪੁੱਛੋ ਵੀ ਸਾਡੇ ਜਿਹੜਾ ਇਸ਼ਤਿਹਾਰ ਜਿਹੜਾ ਹੈਗਾ ਉਹ ਕਿੱਥੇ ਹੈ, ਹੁਣ ਤੱਕ ਕਿਉਂ ਨਹੀਂ ਦਿੱਤਾ ਗਿਆ ਅਤੇ ਕਦੋਂ ਤੱਕ ਦੇਣ ਜਾ ਰਹੇ ਹੋ। ਇਸ ਦੇ ਨਾਲ ਜਿਹੜੀਆਂ ਆਪਣੀਆਂ ਹੋਰ ਮੰਗਾਂ ਸੀ ਉਹਨਾਂ ਬਾਰੇ ਵੀ ਵਿਚਾਰ ਵਟਾਂਦਰਾ ਹੋਇਆ, ਚਾਹੇ ਆਰਟ ਐਂਡ ਕ੍ਰਾਫਟ ਦੀਆਂ ਸੀਗੀਆਂ, ਉਹਦਾ ਵੀ ਹਜੇ ਤੱਕ ਪੇਪਰ ਲੈਣ ਦੀ ਕੋਈ ਸੰਭਾਵਨਾ ਨਹੀਂ। ਬਾਕੀ ਦੀ ਜਿਹੜੀ ਜਾਣਕਾਰੀ ਹੈ ਉਹ ਜਸਵੰਤ ਗਵਾਇਆ ਦੇਣਗੇ। ਬਹੁਤ ਹੀ ਸਤਿਕਾਰਯੋਗ ਸਾਥੀਓ, ਤੁਹਾਨੂੰ ਪਤਾ ਹੈ ਲੰਬੇ ਸਮੇਂ ਤੋਂ ਆਪਾਂ BED ਯੂਨੀਅਨ ਸੰਘਰਸ਼ ਕਰ ਰਹੀਏ, ਤਾਂ ਸਾਥੀਓ ਅੱਜ ਦੀ ਮੀਟਿੰਗ ਤੋਂ ਤੁਹਾਨੂੰ ਪਤਾ ਲੱਗ ਹੀ ਗਿਆ ਹੈ, ਰਮਨ ਸਰ ਨੇ ਦੱਸ ਦਿੱਤਾ ਹੈ ਵੀ ਮੀਟਿੰਗ ਦੇ ਵਿੱਚ ਭਰਤੀ ਬਾਰੇ ਅਜੇ ਤੱਕ ਕੋਈ ਰੂਪਰੇਖਾ ਤਿਆਰ ਨਹੀਂ ਕੀਤੀ ਗਈ। ਤਾਂ ਸਾਥੀਓ ਮੈਂ ਚਾਹੁੰਦਾ ਵੀ ਜਿਹੜੀ ਆਪਾਂ ਮੰਗ ਪੱਤਰ ਦੀ ਮੁਹਿੰਮ ਵਿੱਢੀ ਹੋਈ ਹੈ, ਤਾਂ ਸਾਥੀਓ ਤੁਸੀਂ ਘਰਾਂ 'ਚ ਹੁਣ ਤੁਹਾਡੇ ਕੋਲ ਮੌਕਾ ਹੈ, ਘਰਾਂ 'ਚ ਆ ਰਹੇ ਨੇ ਲੀਡਰ, ਤੁਸੀਂ ਸਾਰੇ ਉਹਨਾਂ ਨੂੰ ਸਵਾਲ ਕਰੋ ਵੀ ਸਾਡੇ ਕਿੱਥੇ ਹਨ, ਜਿਹੜੇ ਤੁਹਾਡੇ ਘਰਾਂ 'ਚ ਆ ਰਹੇ ਨੇ ਉਹਨਾਂ ਨੂੰ ਸਵਾਲ ਕਰੋ ਵੀ ਅਸੀਂ ਸਾਡੀ ਭਰਤੀ ਕਿੱਥੇ ਕਿਉਂ ਨਹੀਂ ਆ ਰਹੀ। ਜੇਕਰ ਤੁਸੀਂ ਹੁਣ ਵੀ ਘਰਾਂ 'ਚ ਸੁੱਤੇ ਰਹੇ ਤਾਂ ਸਾਥੀਓ ਸਮਾਂ ਲੰਘ ਜਾਣਾ, ਜੇ ਵੋਟਾਂ ਨਿਕਲ ਗਈਆਂ ਤਾਂ ਫਿਰ ਇਹ ਹੱਥ ਆਉਣ ਵਾਲੇ ਨਹੀਂ ਹੈਗੇ। ਸਾਥੀਓ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ, ਮੰਗ ਪੱਤਰ ਦੀ ਜਿਹੜੀ ਮੁਹਿੰਮ ਹੈ ਇਹਨੂੰ ਹੋਰ ਤੇਜ਼ ਕਰੋ ਅਤੇ 19 ਤਰੀਕ ਨੂੰ ਕੋਟਕਪੂਰੇ ਦੇ ਵਿੱਚ ਸਾਰੇ ਸਾਥੀ ਪਹੁੰਚਣ, 19 ਤੋਂ ਬਾਅਦ 26 ਨੂੰ ਫਾਜ਼ਿਲਕਾ ਵਿੱਚ ਜਿਹੜੀ ਮੰਗ ਪੱਤਰ ਦੇਣ ਦੀ ਮੁਹਿੰਮ ਹੈ ਇਹਨੂੰ ਹੋਰ ਤੇਜ਼ ਕਰੋ, ਸਰਕਾਰ ਤੱਕ ਪਹੁੰਚਾਓ। ਭਰਤੀ ਦਾ ਅਜੇ ਤੱਕ ਨਾਂ ਸੱਦ ਨਹੀਂ ਹੈਗਾ ਜੀ, ਭਰਤੀ ਆਉਣ 'ਤੇ ਹੀ ਪਤਾ ਲੱਗੇਗਾ ਵੀ ਇਹ 55% ਹੱਲ ਕਰ ਰਿਹਾ ਕਿ ਨਹੀਂ, ਭਰਤੀ ਆਉਣ 'ਤੇ ਪਤਾ ਲੱਗੇਗਾ ਉਮਰ ਹੱਦ ਦੇ ਰਿਹਾ ਕਿ ਨਹੀਂ। ਸਭ ਤੋਂ ਵੱਡੀ ਮੰਗ ਭਰਤੀ ਹੈਗੀ ਹੈ, ਜੇ ਭਰਤੀ ਆਵੇਗੀ ਤਾਂ ਹੀ ਪਤਾ ਚੱਲੇਗਾ। ਸਾਥੀਓ ਲੈਕਚਰਾਰ ਬਾਰੇ ਪੁੱਛਿਆ ਗਿਆ ਤਾਂ ਸਾਥੀਓ ਲੈਕਚਰਾਰ ਦੇ ਵਿੱਚ ਉਹਨਾਂ ਕਹਿ ਦਿੱਤਾ ਵੀ ਇਹ ਕੈਬਨਿਟ ਦੇ ਵਿੱਚ ਵਿਚਾਰਿਆ ਜਾਵੇਗਾ, ਕੈਬਨਿਟ ਤੋਂ ਬਾਅਦ ਵਿੱਚ ਫਿਰ ਅਸੀਂ ਇਹਦਾ ਇਸ਼ਤਿਹਾਰ ਜਲਦੀ ਜਾਰੀ ਕਰ ਦਿੱਤਾ ਜਾਵੇਗਾ। ਸਾਥੀਓ ਮੈਂ ਸਾਰਿਆਂ ਨੂੰ ਅਪੀਲ ਕਰਦਾ, ਸਾਰੇ ਸਾਥੀ ਜਿੱਥੇ ਕੋਈ ਬੈਠਾ ਸਾਰੇ ਪੰਜਾਬ ਵਿੱਚ, ਤਾਂ ਸਾਥੀਓ ਤੁਸੀਂ ਸਾਰੇ ਮੰਗ ਪੱਤਰ ਦੇਣ ਦੀ ਮੁਹਿੰਮ 'ਤੇ ਹੋਰ ਤੇਜ਼ ਕਰ ਦਿਓ। ਮੈਂ ਜਸਵੰਤ ਗਵਾਇਆ, ਧੰਨਵਾਦ ਸਾਥੀਓ।